ਜਿਵੇਂ ਆ ਮੁੰਡਿਆਂ ਨੇ ਇੱਕੋ ਟ੍ਰੋਜਰ ਰੱਖਿਆ ਸਾਰੀ ਉਮਰ ਉਹਦੇ 'ਚ ਕੱਢਣੀ। ਅੱਲਾ ਜਾਂਦਾ ਇੱਧਰੋਂ ਕ੍ਰਿਕਟ ਖੇਡਦੇ ਰਹਿੰਦੇ, ਪਿਸ਼ਾਬ ਕੀਤਾ ਫਿਰ ਉਸ ਵਿੱਚ ਤਾਂ ਕਰ ਲਿਆ, ਫਿਰ ਪਿਸ਼ਾਬ ਕੀਤਾ ਫਿਰ ਉਹ ਤਾਂ ਕਰ ਲਿਆ। ਜਿੰਨਾ ਅਜ਼ਾਬ ਹੈ ਕ੍ਰਿਕਟਰ ਮੁੰਡਿਆਂ ਨੂੰ ਕਬਰ 'ਚ ਹੋਣਾ ਹੈ ਇੰਨਾ ਕਿਸੇ ਨੂੰ ਨਹੀਂ। ਉੱਥੇ ਕ੍ਰਿਕਟ ਖੇਡਦੇ ਹੁੰਦੇ ਨੇ, ਉੱਥੇ ਪਿਸ਼ਾਬ ਕੀਤਾ ਫਿਰ ਟ੍ਰੋਜਰ, ਤਾਂ ਫਿਰ ਆਣ ਕੇ ਕਿੱਲੀ ਨਾਲ ਟੰਗ ਲਿਆ, ਫਿਰ ਅਗਲੇ ਦਿਨ ਪਾ ਲਿਆ। ਉਹ ਟ੍ਰੋਜਰ ਵੀ ਆਉਂਦਾ, ਯਾ ਅੱਲਾ ਯਾ ਇਹਨੂੰ ਚੁੱਕ ਲਾ ਜਾਂ ਮੈਨੂੰ ਚੁੱਕ ਲਾ। ਨਹੀਂ ਸੱਚੀ ਗੱਲ, ਅੱਲਾ ਜਾਣਦਾ ਹੈ। ਇਹ ਨੌਜਵਾਨ ਨਸਲ ਵੇਖ ਲਓ, ਔਰ ਡਰਾਈਵਰ ਨੇ ਗੱਡੀਆਂ ਦੇ ਤੋਂ ਗੱਡੀ ਦੇ ਟਾਇਰ ਨੇ ਪਿਸ਼ਾਬ ਕਰਨ ਬਹਿ ਜਾਂਦਾ, ਕੋਈ ਫੁੱਟਪਾਥ ਦੇ ਨਾਲ ਪਿਸ਼ਾਬ ਕਰਨ ਬਹਿ ਜਾਂਦਾ, ਬਦਬੂ ਆਉਂਦੀ ਹੈ, ਸਮੈਲ ਆਉਂਦੀ ਹੈ ਰਸਤੇ 'ਚ ਗੁਜ਼ਰ ਲੱਗੇ। ਚਲਿਓ, ਬੜਾ ਇਨਕਲਾਬ ਆ ਰਿਹਾ ਹੈ। ਕਈਆਂ ਮੁੰਡਿਆਂ ਨੇ ਬਾਹਾਂ ਦੀਆਂ ਸਰਜਰੀਆਂ ਕਰਾ ਲਈਆਂ ਨੇ, ਮੇਰੀਆਂ ਤਕਰੀਰਾਂ ਸੁਣ ਸੁਣ ਕੇ ਫੋਨ ਕਰਦੇ ਨੇ, ਅਸੀਂ ਬਾਜ਼ੂ ਤੋਂ ਨਾਮ ਮਟਾਤਾ ਹੈ, ਮਸਨੂਈ ਮਾਸ ਲਵਾ ਲਿਆ, ਇਹ ਪੱਟ ਤੋਂ ਮਾਸ ਲੈ ਕੇ ਬਾਜ਼ੂ 'ਤੇ ਲਵਾ ਲਿਆ, ਸਰਜਰੀ ਕਰਾ ਲਈ। ਬੜੀਆਂ ਮੈਨੂੰ ਫੋਨ ਆਉਂਦੇ ਰਹਿੰਦੇ, ਦੁਆ ਕਰੋ ਅੱਜ ਜਿਵੇਂ ਨਿਊ ਨਸਲ 'ਚ ਬੁਰਾਈਆਂ ਆ ਰਹੀਆਂ, ਅੱਲਾ ਪਾਕ ਸਾਨੂੰ ਰੱਦ ਕਰਨ ਦੀ ਤੋਫੀਕ ਦੇਵੇ। ਆਣ ਗੁਆਂਢ ਵੇਖਣਾ ਹੈ ਬਾਬੇ ਲਾਜ਼ਮੀ ਪੜ੍ਹਨ, ਕਿਉਂਕਿ ਬਾਬਿਆਂ ਨੂੰ ਪੁੱਗਣ ਵਾਲੇ ਨੇ, ਹੁਣ ਚੁੱਪ ਰਹਿ ਕੇ ਕੀ ਕਰ। ਅੱਲਾ ਰਸੂਲ ਵਾਸਤੇ ਬੋਲੋ, ਜਿਹੜੇ ਗੁਚਾਰਦੇ ਨੇ ਹੈਗੇ ਨੇ ਉਹਦੇ ਵਾਸਤੇ ਬੋਲੋ, ਫਿਰ ਨਬੀ ਪਾਕ ਤੁਹਾਡੇ ਵਾਸਤੇ ਸਿਫਾਰਿਸ਼ ਕਰਨਗੇ। ਔਰ ਗੰਦੇ ਕੱਪੜੇ ਐਡੇ ਗਲੀਜ਼ ਨੇ, ਨਬੀ ਪਾਕ ਦੇ ਦੌਰ 'ਚ ਇੱਕ ਬੀਬੀ ਨੇ ਮੁਸਤਫਾ ਨੂੰ ਕਿਹਾ, ਸੋਹਣਿਆ ਮੈਂ ਤਲਾਕ ਲੈਣਾ ਚਾਹੁੰਦੀ ਹਾਂ, ਮੇਰਾ ਬੰਦਾ ਬੜਾ ਗੰਦਾ ਹੈ, ਕੱਪੜੇ ਡੰਗਰਾਂ ਵਾਲੇ, ਉਸੇ ਤਰ੍ਹਾਂ ਹੀ ਮੇਰੇ ਕੋਲ ਆ ਕੇ ਬਹਿ ਜਾਂਦਾ। ਇਹ ਸਿਗਰਟਾਂ ਜਿਹੜੇ ਪੀਂਦੀਆਂ ਹੁੰਦੀਆਂ, ਬੁੜੀਆਂ ਦਾ ਹੌਸਲਾ ਇਹਨਾਂ ਨਾਲ ਵਸਣ ਦੀਆਂ। ਸਹੀ ਗੱਲ, ਅੱਲਾ ਜਾਣਦਾ ਉੱਪਰ ਬੋਲ ਸੋ ਫਿਰ ਬੈਠੋ ਸਾਹਮਣੇ। ਜਿਹੜੇ ਵੇਲੇ ਅੱਲਾ ਜਾਣਦਾ ਧਿਆਨ ਮੇਰੇ ਵੱਲ, ਇਹ ਤੇ ਬੀਬੀਆਂ ਇਹਨਾਂ ਦਾ ਹੀ ਹੌਸਲਾ ਹੈ ਨਾ। ਹਾਂ, ਮੁੰਡੇ ਹੱਸਦੇ ਨੇ ਹੁਣ। ਅੱਲਾ ਜਾਣਦਾ ਮੈਂ ਸਿੱਧੀਆਂ ਗੱਲਾਂ ਕਰਨਾ ਖਰੀਆਂ। ਜਿਹੜੇ ਵੇਲੇ ਕੰਮ ਥੋੜ੍ਹਾ ਜਿਹਾ ਨਾ ਅੱਗੇ ਅੱਗੇ ਹੋ, ਸਾਥੀਆਂ ਨੂੰ ਜਗ੍ਹਾ ਨਹੀਂ ਮਿਲਦੀ ਅੱਗੇ ਹੋਈ, ਤੁਹਾਨੂੰ ਪਤਾ ਨਹੀਂ ਇਹ ਅੱਧੀ ਤਾਂ ਫੇਸਬੁੱਕ ਮਾਡਲ ਆਈ ਹੈ, ਅੱਗੇ ਆਓ ਥੋੜ੍ਹੀ ਜਿਹੀ, ਟਿਕਟੋਕ ਵਾਲੇ ਵੀ ਅੱਗੇ ਆ ਜਾਓ, ਆ ਜਾਓ ਸਾਰੇ ਯਾਤੀ ਮਾਣ ਵਾਲੇ।